ਉਹਨਾਂ ਨਸਲਾਂ ਨੇ ਆਪਣੀ ਧਰਤੀ ਵਾਸਤੇ ਕੁਰਬਾਨੀਆਂ ਦਿੱਤੀਆਂ। ਸਾਂਦਲਬਾਦ ਪੰਜਾਬ ਦੀ ਦੁੱਲੇ ਪੱਟੀ ਦੇ ਦਾਦੇ ਦੇ ਨਾਂ ਹੈ, ਅੱਜ ਵੀ ਸਾਂਦਲਬਾਦ ਵਸਦੀ ਹੈ। ਸਾਂਦਲਬਾਦ ਵਿੱਚ ਸਾਰੇ ਦਾ ਸਾਰਾ ਰਾਵੀ ਤੋਂ ਲੈ ਕੇ ਚਨਾਲ ਦਾ ਪੂਰਾ ਇਲਾਕਾ ਸ਼ਾਮਿਲ ਹੈ। ਇਹਦੇ ਵਿੱਚ ਸ਼ੇਖੂਪੁਰਾ, ਹਾਫਜ਼ਾਬਾਦ, ਪਿੰਡੀ ਪੱਟੀਆਂ, ਤੋਬਾ ਟੇਕ ਸਿੰਘ, ਨਨਕਾਣਾ ਸਾਹਿਬ, ਲੈਲਪੁਰ, ਝੰਗ, ਚਨਿਓਟ, ਪੀਰ ਮਹਿਲ ਅਤੇ ਪਤਾ ਨਹੀਂ ਕਿਹੜਾ ਕਿਹੜਾ ਇਲਾਕਾ ਸ਼ਾਮਿਲ ਹੈ। ਇਹ ਉਹੀ ਧਰਤੀ ਹੈ, ਇਹ ਉਹੀ ਸਾਂਦਲਬਾਦ ਹੈ ਜਿੱਥੇ ਇਸ਼ਕ ਦੀਆਂ ਵੱਡੀਆਂ ਵੱਡੀਆਂ ਦਾਸਤਾਨਾਂ ਬਣੀਆਂ। ਹੀਰ ਰਾਂਝਾ ਝੰਗ ਦੀ ਸਰਜ਼ਮੀਨ 'ਤੇ ਸਾਂਦਲਬਾਦ ਵਿੱਚ ਮਿਰਜ਼ਾ ਸਾਹਿਬਾ, ਮਿਰਜ਼ਾ ਉੱਡਦਾ ਤਾਨਾਬਾਦ ਤੋਂ, ਉਹਨੂੰ ਪੈਂਦੀ ਹੈ ਰਾਸ਼ਨਾ। ਇਹ ਸਾਂਦਲਬਾਦ ਦੀ ਦੂਜੀ ਇਸ਼ਕ ਦੀ ਕਹਾਣੀ ਬਹੁਤ ਵੱਡੀ, ਅਤੇ ਲੰਘ ਆ ਜਾ ਪਤਨ ਚਨਾਨ ਦਾ, ਸੋਹਣੀ ਮਹੀਂਵਾਲ ਦਾ ਕਿੱਸਾ। ਸੋਹਣੀ ਜਦੋਂ ਕੱਚੇ 'ਤੇ ਚੜ੍ਹਦੀ ਏ ਅਤੇ ਡੁੱਬਦੀ ਏ, ਅਤੇ ਇਸ ਸਾਂਦਲਬਾਦ ਦੀ ਜ਼ਮੀਨ 'ਚ ਅਤੇ ਇਹਦੇ ਪਾਣੀਆਂ 'ਚ ਹੀ ਉਹ ਹਮੇਸ਼ਾ ਲਈ ਜ਼ਿੰਦਾ ਹੋ ਜਾਂਦੀ ਏ। ਇਹ ਹੈ ਉਹ ਸਾਂਦਲਬਾਦ, ਇਹੀ ਉਹ ਸਾਂਦਲਬਾਦ ਹੈ ਜਿੱਥੇ ਵਾਰਿਸ ਸ਼ਾਹ ਵਰਗਾ ਪੰਜਾਬੀ ਦਾ ਬਹੁਤ ਵੱਡਾ ਮਹਾਨ ਰੋਮੈਂਟਿਕ ਸ਼ਾਇਰ ਪੈਦਾ ਹੋਇਆ ਔਰ ਉਹਨੇ ਹੀਰ ਵਾਰਿਸ ਸ਼ਾਹ ਲਿਖ ਛੱਡੀ। ਇਸੇ ਸਾਂਦਲਬਾਦ ਵਿੱਚ ਸਿੱਖ ਧਰਮ ਦੇ ਬਾਨੀ ਬਾਬਾ ਜੀ ਗੁਰੂ ਨਾਨਕ ਜੀ ਜੰਮੇ ਔਰ ਇਸ ਧਰਤੀ ਦੇ ਪੁੱਤਰ ਅਖਵਾਏ। ਇਸੇ ਸਾਂਦਲਬਾਦ ਵਿੱਚ ਹਜ਼ਰਤ ਬਾਬਾ ਸੁਲਤਾਨ ਬਾਹੂ ਜੀ ਵੀ ਵਸੇ, ਜੰਮੇ ਅਤੇ ਇਸੇ ਧਰਤੀ ਦੇ ਉਹ ਜੀਵਨ ਯੋਗ ਹੋਏ। ਇਹ ਸਾਂਦਲਬਾਦ ਦੀ ਧਰਤੀ ਰਾਏ ਸਾਂਦਲ ਪੱਟੀ ਦੇ ਨਾਂ ਦੀ ਹੈ। ਰਾਏ ਸਾਂਦਲ ਦੁੱਲਾ ਪੱਟੀ ਦਾ ਦਾਦਾ, ਜਿਹਨੇ ਐਲਾਨ ਕੀਤਾ ਕਿ ਮੁਗਲੋ ਤੁਸੀਂ ਤਾਂ ਕਾਬਜ਼ ਹੋ, ਡਾਕੂ ਹੋ, ਇਹ ਧਰਤੀ ਸਾਡੀ ਏ, ਇੱਥੇ ਅਸੀਂ ਵਸਣਾ, ਤੁਸੀਂ ਕਿੱਥੋਂ ਆਏ ਹੋ, ਤੁਰ ਜੋ ਉੱਥੇ ਜਿੱਥੋਂ ਆਏ ਹੋ, ਮੇਰਾ ਕਿਸਾਨ, ਮੇਰਾ ਵਾਹੀਵਾਨ, ਧਰਤੀ ਦਾ ਮਾਲਕ ਹੈ, ਪੰਜਾਬ ਦਾ ਅਸਲ ਵਾਰਸ ਹੈ, ਅਸੀਂ ਤੁਹਾਨੂੰ ਕਾਹਦਾ ਲਗਾਨ ਦਵੀਏ, ਉਹ ਕਾਹਦੇ ਟੈਕਸ ਦਵੀਏ। ਸਾਂਦਲ ਦੇ ਹੁੰਦਿਆਂ ਇੱਕ ਰੀਤ ਬਣੀ ਕਿ ਇਸ ਪੂਰੀ ਸਰਸਬਜ਼ ਸ਼ਾਦਾਬ ਅਤੇ ਹਰੀ ਭਰੀ ਦੀ ਇਸ ਬਾਰ ਵਿੱਚ ਮੁਗਲਾਂ ਦਾ ਕੋਈ ਕਾਫਲਾ ਅਤੇ ਕੋਈ ਲਸ਼ਕਰ ਨਹੀਂ ਵੜ ਸਕਦਾ। ਇਹ ਰੀਤ ਦੁੱਲੇ ਤੱਕ ਆਈ, ਤਿੰਨਾਂ ਨਸਲਾਂ ਤੱਕ ਆਈ। ਮੁਗਲਾਂ ਦਾ ਕੋਈ ਲਸ਼ਕਰ ਆਇਆ ਅਤੇ ਪਿੰਡੀ ਪੱਟੀਆਂ ਦੇ ਇਹਨਾਂ ਪੱਟੀਆਂ ਨੇ ਉਹਨੂੰ ਫਨਾ ਕਰ ਦਿੱਤਾ। ਕੋਈ ਤਜਾਰਤੀ ਕਾਫਲਾ ਆਇਆ ਤਾਂ ਉਹਨੂੰ ਲੁੱਟ ਕੇ ਗਰੀਬਾਂ ਵਿੱਚ ਵੰਡ ਦਿੱਤਾ। ਸ਼ਹਿਨਸ਼ਾਹ ਅਕਬਰ, ਜਲਾਲਉਦੀਨ ਅਕਬਰ ਆਗਰੇ ਤੋਂ ਅਤੇ ਦਿੱਲੀ ਤੋਂ ਉੱਠਿਆ ਅਤੇ ਲਾਹੌਰ ਆ ਗਿਆ। ਉਹਨੂੰ ਪਤਾ ਸੀ ਕਿ ਮੈਂ ਦਿੱਲੀ ਬਹਿ ਕੇ ਇਹਨਾਂ ਦਲੇਰ ਪੱਟੀਆਂ ਦਾ, ਇਹਨਾਂ ਰਾਜਪੂਤਾਂ ਦਾ ਮੈਂ ਮੁਕਾਬਲਾ ਨਹੀਂ ਕਰ ਸਕਦਾ। ਉਹਨੇ ਲਾਹੌਰ ਡੇਰੇ ਲਾ ਲਿਆ।